ਮਰਾਸਣ ਦੀ ਮਾਵੀ ਹਾਂਜੀ ਤਾਂ ਗਲਤੀ ਨਾਲ ਜੁੱਤੀ ਇਹ ਜ਼ਿਮੀਂਦਾਰਾਂ ਨੇ ਦੇ ਦਿੱਤੀ ਕਿਸੇ ਨੇ ਕੋਈ ਸੰਘੇ ਵਰਗਾ ਬੁਆਏਫ੍ਰੈਂਡ ਸੀ ਜੁੱਤੀ ਲੈ ਲਈ ਹੁਣ ਦੇਖੇ ਕੋਈ ਨਾ ਮੱਲ ਬਥੇਰੀਆਂ ਐਡੀ ਐਡੀ ਅਕੜਕਾਵੇ ਉਹ ਸਮਝਾਵੇ ਕਿਵੇਂ ਸਮਝ ਨਾ ਆਵੇ ਜਦੋਂ ਰਾਤ ਹੋ ਗਈ ਉਹਨੇ 10 ਵਜੇ ਹੋ ਗਿਆ ਵੀ ਗੱਲ ਨਹੀਂ ਬਣੀ ਮਹੱਲੇ ਨੇ ਵੀ ਨਹੀਂ ਦੇਖੀ ਜੁੱਤੀ ਬਥੇਰੀ ਐਂ ਕਰੀ ਕਿਸੇ ਨੇ ਕਿਹਾ ਧਾਤੋ ਜਾਣੀ ਕਹਤੇ ਲੱਗੀ ਹੋਈ ਹੈ ਹਨਾ ਕਿਸੇ ਨੇ ਕੁਛ ਹੈ ਨਾ ਜੁੱਤੀ ਨਾ ਦੇਖੀ ਕਈਆਂ ਨੇ ਦੇਖ ਲਈ ਊਂ ਇਗਨੋਰ ਕਰਤੀ ਬੁੜੀਆਂ ਨੇ ਜਾ ਕੇ ਫਿਰ ਉਹਨੇ ਘਰ ਪੁੱਟ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਹੁਣ ਅਸੀਂ ਗੱਲ ਕਰਾਂਗੇ ਪੰਜਾਬੀ ਸਿੰਗਰ ਬੱਬੂ ਮਾਨ ਦੀ ਬੱਬੂ ਮਾਨ ਇੱਕ ਨਵੀਂ ਮੁਸੀਬਤ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਬੱਬੂ ਮਾਨ ਦੇ ਖਿਲਾਫ ਮਰਾਸੀ ਭਾਈਚਾਰੇ ਨੇ ਫਗਵਾੜਾ ਦੇ ਐਸਪੀ ਨੂੰ ਇੱਕ ਦਰਖਾਸਤ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਬੱਬੂ ਮਾਨ ਨੇ ਟਿਕਟੌਕ ਉੱਤੇ ਇੱਕ ਵੀਡੀਓ ਵਾਇਰਲ ਕੀਤੀ ਹੈ ਜਿਸ ਦੇ ਵਿੱਚ ਉਹ ਮਰਾਸੀ ਭਾਈਚਾਰੇ ਦੀਆਂ ਔਰਤਾਂ ਅਤੇ ਮਰਾਸੀ ਭਾਈਚਾਰੇ ਦੇ ਲਈ ਗਲਤ ਸ਼ਬਦਾਵਲੀ ਵਰਤਦੇ ਨਜ਼ਰ ਆ ਰਹੇ ਨੇ ਜਿਸ ਦੇ ਚਲਦਿਆਂ ਮਰਾਸੀ ਭਾਈਚਾਰੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਬੱਬੂ ਮਾਨ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਫਗਵਾੜਾ ਦੇ ਐਸਪੀ ਨੂੰ ਦਰਖਾਸਤ ਦਿੱਤੀ ਗਈ ਹੈ ਦੱਸ ਦਈਏ ਤੁਹਾਨੂੰ ਕਿ ਹਾਲ ਹੀ ਦੇ ਵਿੱਚ ਬੱਬੂ ਮਾਨ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਬੇਹੱਦ ਵਾਇਰਲ ਹੋਈਆਂ ਸਨ ਜਿਸ ਦੇ ਵਿੱਚ ਬੱਬੂ ਮਾਨ ਮਰਾਸੀ ਭਾਈਚਾਰੇ ਦੇ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਸਨ ਹੁਣ ਦੇਖਣਾ ਇਹ ਹੋਏਗਾ ਕਿ ਬੱਬੂ ਮਾਨ ਦੇ ਖਿਲਾਫ ਦਿੱਤੀ ਗਈ ਇਸ ਦਰਖਾਸਤ ਤੋਂ ਬਾਅਦ ਬੱਬੂ ਮਾਨ ਤੇ ਕੀ ਕਾਰਵਾਈ ਹੁੰਦੀ ਹੈ ਗਲਤੀ ਨਾਲ ਜੁੱਤੀ ਇਹ ਜ਼ਿਮੀਂਦਾਰਾਂ ਨੇ ਦੇ ਦਿੱਤੀ ਕਿਸੇ ਨੇ ਕੋਈ ਸੰਘੇ ਵਰਗਾ ਬੁਆਏਫ੍ਰੈਂਡ ਸੀ ਜੁੱਤੀ ਲੈ ਲਈ ਹੁਣ ਦੇਖੇ ਕੋਈ ਨਾ ਮੱਲ ਬਥੇਰੀਆਂ ਐਡੀ ਐਡੀ ਅਕੜਕਾਵੇ ਉਹ ਸਮਝਾਵੇ ਕਿਵੇਂ ਸਮਝ ਨਾ ਆਵੇ ਜਦੋਂ ਰਾਤ ਹੋ ਗਈ ਉਹਨੇ 10 ਵਜੇ ਹੋ ਗਿਆ ਵੀ ਗੱਲ ਨਹੀਂ ਬਣੀ ਮਹੱਲੇ ਨੇ ਵੀ ਨਹੀਂ ਦੇਖੀ ਜੁੱਤੀ ਬਥੇਰੀਆਂ ਐਂ ਕਰੀ ਕਿਸੇ ਨੇ ਕਿਹਾ ਧਾਤੋ ਜਾਣੀ ਕਹਤੇ ਲੱਗੀ ਹੋਈ ਹੈ ਹਨਾ ਕਿਸੇ ਨੇ ਕੁਛ ਹੈ ਨਾ ਜੁੱਤੀ ਨਾ ਦੇਖੀ ਕਈਆਂ ਨੇ ਦੇਖ ਲਈ ਊਂ ਇਗਨੋਰ ਕਰਤੀ ਬੁੜੀਆਂ ਨੇ ਜਾ ਕੇ ਫਿਰ ਉਹਨੇ ਘਰ ਫੂਕਤਾ ਅੱਗ ਲਾ ਤੀ ਲੋਕ ਆ ਕੇ ਇਕੱਠੇ ਹੋਏ ਤਾਂ ਉਹ ਕਹਿੰਦੇ ਵੀ ਜਲ ਗਿਆ ਸਾਰਾ ਘਰ ਜਲ ਗਿਆ ਉਹ ਕਹਿੰਦੇ ਵੀ ਅੱਗ ਬੁਝਾਓ ਇਹਨੂੰ ਉਹ ਕਹਿੰਦੀ ਕੋਈ ਨਹੀਂ ਹੁਣ ਜਾਣ ਲੈਣ ਦੂਜਾ ਜਾਣ ਲੱਗਿਆ ਉਹ ਕਹਿੰਦੇ ਲੋਕ ਲੱਗ ਗਏ ਬਾਲਟੀਆਂ ਪਾਉਣ ਉਹ ਕਹਿੰਦੀ ਨਾ ਬੁਝਾਓ ਨਾ ਬੁਝਾਓ ਆਹ ਜੁੱਤੀ ਉਹ ਬਚੀ ਹੈ ਸਾਰੇ ਘਰ ਮਚਾਲਿਆ ਆਹ ਗੱਲ ਹੈ ਵੀ ਮਾਵੀ ਨੇ YouTube ਤੇ ਪਾਉਣਾ ਹੀ ਪਾਉਣਾ ਹੈ ਲੇਟੈਸਟ ਤੇ ਨਵੇਂ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ ਸਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ 'ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਮੀਆਂ ਰਫੀਕ ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ ਵਸ਼ੀਕਰਨ ਲਵ ਮੈਰਿਜ ਪੀਆਰ ਲੋਟਰੀ ਸੱਟਾ ਨੰਬਰ ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲੋਟਰੀ ਨੰਬਰ ਪਾਓ ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ ਸਾਨੂੰ ਫੋਨ ਕਰੋ ਮੀਆਂ ਰਫੀਕ ਮੁਹੰਮਦ